करके आप ये इधर मंगवा सकते हैं। सर ये तो सर पेंडिंग एप्लीकेशन मूव की थी जाए सर, वो फाइन हो तो सर होने हो ਜਿਹੜਾ ਕੋਰਟ ਦੇ ਵਿੱਚ ਚਲਾਨ ਆ ਜਾਂਦਾ ਜੀ ਉਹ ਕੋਰਟ ਨੂੰ ਵੀ ਉਹ ਚਲਾਨ ਡਿਸਪੋਜ਼ ਆਫ ਕਰਨ ਦੇ ਰਾਈਟਸ ਨੇ ਉਹ ਕੋਰਟ ਦੇ ਵਿੱਚ ਇੱਕ ਵਾਰੀ ਜਦੋਂ ਡਿਸਪੋਜ਼ ਆਫ ਹੋ ਗਿਆ ਤਾਂ ਤੁਹਾਨੂੰ ਉਧਰ ਆਰਟੀਓ ਵੱਲੋਂ ਚਲਾਨ ਜੇ ਸਟੈਂਡ ਕਰਦਾ ਵੀ ਹੈ ਤਾ
ਜਿਹੜਾ ਕੋਈ ਵੀ ਬੰਦਾ ਰਾਜੀਨਾਮੇ ਦਾ ਅਟੈਂਪਟ ਵੀ ਕਰਨਾ ਚਾਹੁੰਦਾ ਦੇਖੋ ਪੋਸਿਬਿਲਿਟੀ ਹਰੇਕ ਝਗੜੇ ਚ ਰਾਜੀਨਾਮੇ ਦੀ ਹੁੰਦੀ ਹੈ ਕੋਈ ਵੀ ਮੈਨੂੰ ਕੋਈ ਝਗੜਾ ਇਸ ਤਰ੍ਹਾਂ ਦਾ ਨਹੀਂ ਹੈ ਜਿਹਦੇ ਚ ਰਾਜੀਨਾਮਾ ਨਾ ਹੋ ਸਕੇ ਰਾਜੀਨਾਮੇ ਤੌਰ ਤੇ ਨਹੀਂ ਖਤਮ ਹੋ ਸਕਦਾ ਸੋ ਕੋਈ ਬੰਦਾ ਚਾਹੁੰਦਾ ਵੀ ਅਸੀਂ ਰਾਜੀਨਾਮਾ ਕਰਕੇ ਇਹਨੂੰ ਕੇਸ ਨੂੰ ਨਿਬੇੜਨਾ ਚਾਹੁੰਦੇ ਹਾਂ ਜਾਂ ਵੀ ਵਾਂਟ ਟੂ ਸੈਟ ਅਸੀਂ ਆਪਸ ਇਕੱਠੇ ਬੈਠ ਕੇ ਕੋਸ਼ਿਸ਼ ਕਰਨੀ ਚਾਹੁੰਦੇ ਹਾਂ ਰਾਜੀਨਾਮਾ ਕਰਨ ਦੀ ਉਹ ਵੀ ਆਪਣੇ ਕੇਸ ਨੂੰ ਲੋਕਦਾਰ ਚ ਲਗਾ ਸਕਦੇ ਮੈਨੂੰ ਬੜੀ ਖੁਸ਼ੀ ਨਾਲ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਲੁਧਿਆਣਾ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ 10 ਜੁਲਾਈ ਨੂੰ ਜਿਹਦੇ ਵਿੱਚ ਮੈਂ ਬਤੌਰ ਸੈਕਟਰੀ ਲੀਗਲ ਸਰਵਿਸਿਜ਼ ਅਥਾਰਟੀ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਕਿ ਉਹ ਆਪਣੇ ਕੇਸਿਸ ਲੋਕ ਅਦਾਲਤ ਦੇ ਵਿੱਚ ਲਗਵਾਉਣ ਅਤੇ ਜਿੱਥੇ ਅਸੀਂ ਰਾਜੀਨਾਮੇ ਦੇ ਅਟੈਂਪਟ ਕਰਕੇ ਉਹਨਾਂ ਦੇ ਕੇਸਾਂ ਦਾ ਨਿਪਟਾਰਾ ਕਰ ਸਕੀਏ ਇਸ ਲੋਕ ਅਦਾਲਤ ਵਿੱਚ ਹਰੇਕ ਕੈਟੇਗਰੀ ਦੇ ਕੇਸਿਸ ਨੂੰ ਲਗਾਇਆ ਜਾ ਸਕਦਾ ਹਰੇਕ ਤਰੀਕੇ ਦਾ ਦੀਵਾਨੀ ਮੁਕੱਦਮਾ ਸਿਵਲ ਸੂਟ ਰਿਕਵਰੀ ਹੋਵੇ ਮੈਟਰੀਮੋਨੀਅਲ ਕੋਈ ਡਿਸਪਿਊਟਸ ਹੋਣ MACT ਦੇ ਕਲੇਮਸ ਹੋਣ ਟ੍ਰੈਫਿਕ ਇਲੈਕਟ੍ਰੀਸਿਟੀ ਦੀ ਥ੍ਰੈਫਟ ਦੀਆਂ FIRs ਹੋਣ ਟ੍ਰੈਫਿਕ ਚਲਾਨਸ ਹੋਣ ਕੈਂਸਲੇਸ਼ਨ ਰਿਪੋਰਟਸ ਕੋਈ ਵੀ ਅਜਿਹਾ ਕ੍ਰਿਮੀਨਲ ਕੇਸ ਜਿਹੜਾ ਕੰਪਾਊਂਡੇਬਲ ਹੋਵੇ ਰਾਜੀਨਾਮੇ ਦੇ ਤੌਰ 'ਤੇ ਜਿਹਦਾ ਨਿਪਟਾਰਾ ਕੀਤਾ ਜਾ ਸਕੇ ਉਹ ਸਾਰੇ ਕੇਸਿਸ ਟੇਕਅਪ ਹੋਣਗੇ ਲੁਧਿਆਣਾ ਵਿੱਚ ਅਤੇ ਸਾਡੀਆਂ ਚਾਰੇ ਸਬ ਡਿਵੀਜ਼ਨ ਜਗਰਾਓਂ ਸਮਰਾਲਾ ਪਾਇਲ ਅਤੇ ਖੰਨਾ ਹਰੇਕ ਜਗ੍ਹਾ ਦੇ ਉੱਤੇ ਬੈਂਚਸ ਬਣਨਗੇ ਅਤੇ ਉੱਥੇ ਸਾਰੇ ਕੇਸਾਂ ਦਾ ਨਿਪਟਾਰਾ ਸੇਮ ਡੇ ਕੀਤਾ ਜਾਊਗਾ ਹਰੇਕ ਤਰੀਕੇ ਦੇ ਟ੍ਰੈਫਿਕ ਚਲਾਨਸ ਨੂੰ ਅਸੀਂ ਡੀਲ ਕਰਾਂਗੇ ਜਿੰਨੇ ਸਾਡੀ ਕੋਰਟਸ ਦੇ ਵਿੱਚ ਪੈਂਡਿੰਗ ਨੇ ਪਬਲਿਕ ਨੂੰ ਇਨਫੋਰਮੇਸ਼ਨ ਹੈ ਉਹਨਾਂ ਸਾਰਿਆਂ ਨੂੰ ਵੀ ਮੈਂ ਅਪੀਲ ਕਰਦਾ ਕਿ ਉਹ ਲੋਕ ਅਦਾਲਤ ਵਿੱਚ ਆਉਣ ਆਪਣੇ ਟ੍ਰੈਫਿਕ ਚਲਾਨਸ ਨੂੰ ਟੇਕਅਪ ਕਰਾ ਕੇ ਜਿੱਥੇ ਅਸੀਂ ਉਹਨਾਂ ਦੀ ਗੱਲ ਸੁਣ ਕੇ ਘੱਟ ਜੁਰਮਾਨਾ ਵੀ ਕਰ ਸਕਦੇ ਹਾਂ ਇਸ ਕਰਕੇ ਉਹ ਜ਼ਰੂਰ ਸਾਡੇ ਕੋਲ ਟ੍ਰੈਫਿਕ ਚਲਾਨਸ ਟੇਕਅਪ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਡਿਸਪੋਜ਼ ਆਫ ਕਰ ਸਕੀਏ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ 'ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ 'ਚ ਲਾਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ